मोदी सरकार जे तेरे दे विच जुड़ता तेरी सरकार दे विच जां पुलिस वाले नूं कह दे इक पासे हो जाण सानूं आर पार दी लड़ाई लड़ लैण दे फिर देखांगे असीं निहंग सिंह गजदे ने कि तेरी आर एस एस दे कछे वाले गजदे ने जे तुहानूं बोरियां च पा पा ना भेजा तुसीं निहंग सिंह ने सानूं कहो मोर्चा हुण लग्गिआ 26 तरीक तों बाद आ जाओ घरां दे विचों निकल आओ पहला मोर्चा नहीं सी पहला इत्थे असीं मेला देखण आउंदे सी लोक वी इत्थे बैठे ने ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜਿਸ ਤਰ੍ਹਾਂ ਅਸੀਂ ਸਿੰਘੂ ਬਾਰਡਰ ਬੈਠੇ ਹਾਂ ਜੀ ਅਰਬਾਂ ਖਰਬਾਂ ਤਰਨਾ ਦਲ ਨਿਹੰਗ ਸਿੰਘ ਜਥੇਬੰਦੀ ਦੇ ਅਸੀਂ ਬੈਠੇ ਹਾਂ ਤੇ 26 ਜਨਵਰੀ ਨੂੰ ਇਹਨਾਂ ਦਾ ਇੱਕ ਘੋੜਾ ਸ਼ਹੀਦ ਹੋ ਗਿਆ ਤੇ ਸਾਨੂੰ ਬਾਬਾ ਜੀ ਦੱਸਣਗੇ ਵੀ ਉਹ ਘੋੜਾ ਕਿਸ ਤਰ੍ਹਾਂ ਸ਼ਹੀਦ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਾ ਰਾਵ ਸਰਦਾਰ ਮਕਰ 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 ਮੇਰੇ ਸੋਹਣੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਅਤੇ ਦਲ ਪੰਥ ਦੇ ਮੁਖੀ ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਜੇ ਤੁਸੀਂ ਪੁੱਛਿਆ 26 ਜਨਵਰੀ ਜਦੋਂ ਇੱਥੋਂ ਉਹ ਜਿਹੜੀ ਪਰੇਡ ਸੀਗੀ ਉਹ ਉੱਥੇ ਇੱਥੇ ਅਰਦਾਸ ਬੇਨਤੀ ਕਰਕੇ 9:30 ਵਜੇ ਸਾਰੀਆਂ ਨਿਹੰਗ ਸਿੰਘ ਫੌਜਾਂ ਤੁਰੀਆਂ ਨੇ ਨਾ ਤਿਆਰ ਪ੍ਰਤਿਆਰ ਹੋ ਕੇ ਉਹ ਫਿਰ ਜਦੋਂ ਘੋੜਿਆਂ 'ਤੇ ਜਾ ਕੇ ਜਾ ਰਹੀ ਸਾਰੀ ਫੌਜ ਅੱਗੇ ਵੱਲ ਪਰੇਡ ਦੇ ਵਿੱਚ ਆ ਰਹੀ ਸੀ ਇੱਕ ਬੁੱਢਾ ਦਲ ਦਾ ਘੋੜਾ ਅਤੇ ਇੱਕ ਸਾਡਾ ਉੱਥੇ ਜਦੋਂ ਉਹ ਜਿਹੜਾ ਅਗਲਾ ਸੀਗਾ ਆਪਣੇ ਕਰਨਾਲ ਬਾਈਪਾਸ ਉੱਥੇ ਪੁਲਿਸ ਨੇ ਗੋਲੇ ਛੱਟੇ ਆਸੂ ਗੋਲੇ ਉਹ ਜਿਹੜਾ ਘੋੜਿਆ ਹੁੰਦਾ ਉਹਦਾ ਜਿਹੜਾ ਉਹ ਸੁਫਲ ਜ਼ਿਆਦਾ ਹੁੰਦਾ ਉਹਦੀ ਸੁੰਘਣ ਸ਼ਕਤੀ ਜ਼ਿਆਦਾ ਹੁੰਦੀ ਆ ਉਹ ਫਿਰ ਜਿਹੜੇ ਸਾਰੇ ਉਹ ਕਰੇ ਨੇ ਨਾ ਉਹ ਸਾਰੇ ਗੋਲੇ ਜਦੋਂ ਇੱਕ ਲਾਸਟ ਸਿੱਟਦੇ ਉਹ ਧੂੰਆਂ ਹੋ ਗਿਆ ਉਹਨਾਂ ਨੂੰ ਜ਼ਹਿਰ ਚੜ੍ਹ ਗਈ ਉਹਦੇ ਨਾਲ ਅਟੈਕ ਆ ਗਿਆ ਉਹ ਉੱਥੇ ਸਾਡਾ ਘੋੜਾ ਸ਼ਹੀਦ ਹੋ ਗਿਆ ਇੱਕ ਜਿਹੜਾ ਬਾਬਾ ਬੁੱਢਾ ਦਲ ਦੇ ਬਾਬਾ ਮਾਨ ਸਿੰਘ ਉਹ ਰਾਤ ਨੂੰ ਸ਼ਹੀਦ ਹੋਇਆ ਅਤੇ 3-4 ਘੋੜੇ ਹਜੇ ਬਿਮਾਰ ਖੜ੍ਹੇ ਨੇ ਉਸ ਦੇ ਨਾਲ ਇਹ ਹੋਣਾ ਹੀ ਚਾਹੀਦਾ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਜ਼ੁਲਮ ਕਰਨਾ ਜਾਨਵਰਾਂ 'ਤੇ ਬਹੁਤ ਧੱਕਾ ਹੈ ਤੁਸੀਂ ਜਦੋਂ ਇੱਕ ਵਾਰੀ ਪਿਛਲੇ ਸਮੇਂ ਦੇ ਵਿੱਚ ਕਿਸੇ ਕਿਸਾਨ ਨੇ ਹਲਕੇ ਹੋਏ ਕੁੱਤੇ ਜਿਹੜਾ ਉਹ ਮਾਰ ਵੜਦਾ ਸੀ ਉਹਨੂੰ ਗੋਲੀ ਮਾਰਤੀ ਸੀਗੀ ਉਹ ਵੀਡੀਓ ਵਾਇਰਲ ਹੋ ਗਈ ਮੇਨਕਾ ਗਾਂਧੀ ਉਹੀ ਇਹਨਾਂ ਦੀ ਭਾਜਪਾ ਦੀ ਜਿਹੜੀ ਸੀ ਉਹਨੇ ਉਹ ਉਸ ਕਿਸਾਨ ਦੇ ਉੱਤੇ ਕੇਸ ਦਰਜ ਕੀਤਾ ਸੀ ਕੁੱਤੇ ਮਾਰਨਾ ਗੋਲੀ ਕਿਉਂ ਮਾਰੀ ਅੱਜ ਇਹਨਾਂ ਦੀ ਸਰਕਾਰ ਨੇ ਸਾਡੇ ਘੋੜੇ ਮਾਰਤੇ ਗੋਲੇ ਮਾਰ ਮਾਰ ਕੇ ਇਹਨਾਂ 'ਤੇ ਕੇਸ ਦਰਜ ਨਹੀਂ ਹੋਣਾ ਚਾਹੀਦਾ ਇਹਨਾਂ 'ਤੇ ਕੇਸ ਦਰਜ ਹੋਣਾ ਚਾਹੀਦਾ ਭਾਜਪਾ ਵਾਲੀ ਸਰਕਾਰ ਦੇ ਉੱਤੇ ਵੀ ਕਿਉਂ ਪੁਲਿਸ ਨੇ ਸਾਡੇ ਘੋੜੇ ਮਾਰੇ ਉਹਨਾਂ ਦਾ ਕੀ ਕਸੂਰ ਸੀਗਾ ਫਿਰ ਗੋਲੀ ਨਾਲ ਬੰਦਾ ਮਾਰਿਆ ਗਿਆ ਉਹਦਾ ਕਤਲ 307 ਲੱਗਣੀ 302 ਦੇ ਮੁਕੱਦਮੇ ਉਹਨਾਂ ਦੇ ਦਰਜ ਹੋਣੇ ਚਾਹੀਦੇ ਨੇ ਜੇ ਸਾਡੇ ਕਿਸਾਨ ਮਰਨ ਤਾਂ ਸਾਡੇ ਕਿਸਾਨਾਂ 'ਤੇ ਕੋਈ ਵੀ ਮਸਲਾ ਉਹ ਨਹੀਂ ਹੈਗਾ ਅਤੇ ਦਰਜੇ ਪਰਚਾ ਨਹੀਂ ਕਰਦੇ ਜੇ ਇਹਨਾਂ ਦਾ ਕੋਈ ਜਦੋਂ ਇਹ ਸਾਡੇ ਉੱਤੇ ਹਿੰਸਕ ਘਟਨਾ ਕਰਦੇ ਕੋਈ ਨੌਜਵਾਨ ਦਾ ਫਿਰ ਹੁਣ ਅਸੀਂ ਮਰਨਾ ਤਾਂ ਨਹੀਂ ਹੈਗਾ ਜੇ ਸਾਡੇ ਵੱਲੋਂ ਕੋਈ ਇਹੋ ਜਿਹੀ ਘਟਨਾ ਕਾਰਵਾਈ ਹੁੰਦੀ ਹੈ ਕਿਸੇ ਦੀ ਬਾਂਹ ਤੋੜ ਦਿੰਦੇ ਨੇ ਜਾਂ ਕੋਈ ਸਾਡੇ ਨੌਜਵਾਨ ਜਾਂ ਹੋਰ ਗੁੱਛੇ 'ਤੇ ਆ ਕੇ ਫਿਰ ਉਹ ਤਾਂ ਕਹਿ ਦਿੰਦੇ ਵੀ ਇਹ ਸਾਨੂੰ ਅੱਤਵਾਦੀ ਬਣਾ ਦਿੰਦੇ ਨੇ ਅੱਤਵਾਦੀ ਅਸੀਂ ਨਹੀਂ ਅਸੀਂ ਸੱਤਵਾਦੀ ਹਾਂ ਇਹ ਮੋਦੀ ਸਰਕਾਰ ਆਰ ਐਸ ਐਸ ਦੇ ਗੁੰਡੇ ਜਿਹੜੇ ਚੜ੍ਹ ਕੇ ਆਉਂਦੇ ਨੇ ਅੱਤਵਾਦੀ ਇਹ ਆ ਵੀ ਇੱਥੇ ਕੁਛ ਘਟਨਾ ਵਾਪਰੀ ਆ ਸਟੇਜ ਦੇ ਉੱਪਰ ਰੋੜੇ ਮਾਰੇ ਗਏ ਆ ਉਹਦੇ ਬਾਰੇ ਵੀ ਥੋੜ੍ਹਾ ਉਹਦੇ ਵਿੱਚ ਅਸੀਂ ਵਿੱਚ ਸੀਗੇ ਜਦੋਂ ਇੱਥੇ ਆਰ ਐਸ ਐਸ ਦੇ ਗੁੰਡੇ ਵਰਦੀਆਂ ਪਾ ਕੇ ਪੁਲਿਸ ਦੀਆਂ ਅਤੇ ਜਿਹੜਾ ਇੱਥੇ ਭਾਜਪਾ ਦਾ ਕੋਈ ਕੌਂਸਲਰ ਆ ਉਹਦੇ ਘਰ ਵਾਲਾ ਵੀ ਇੱਥੇ ਮੌਜੂਦ ਸੀ ਉਹਦੇ ਵਿੱਚ ਆਏ ਨੇ ਉਹ ਇੱਥੇ ਸੁੰਘੀ ਬਾਰਡਰ 'ਤੇ ਪਹਿਲੀ ਗੱਲ ਤਾਂ ਜਦੋਂ ਅਸੀਂ ਸ਼ਾਂਤੀ ਦੇ ਵਿੱਚ ਬੈਠਿਆ ਤਾਂ ਕਿਉਂ ਆਏ ਹੋ ਕੀ ਕਰਨ ਵਾਸਤੇ ਸਰਕਾਰ ਨੇ ਲਿਆਂਦੇ ਪੁਲਿਸ ਦੀ ਸਹਿ ਦੇ ਉੱਤੇ ਆਏ ਉਹ ਉਹਨਾਂ ਨੇ ਪਥਰਾਅ ਕੀਤਾ ਟੈਂਟ ਵੀ ਪਾੜੇ ਗਏ ਇੱਕ ਸਾਡੇ ਨੌਜਵਾਨ ਨੂੰ ਚੱਕ ਕੇ ਵੀ ਲੈ ਗਏ ਫਿਰ ਉੱਥੇ ਨਿਹੰਗ ਸਿੰਘ ਫੌਜਾਂ ਗਈਆਂ ਫਿਰ ਉਹਨਾਂ ਨੂੰ ਲਲਕਾਰਿਆ ਫਿਰ ਉਹਨਾਂ ਦੇ ਵਿੱਚ ਫਿਰ ਭੱਜੇ ਨੇ ਉਹ ਇੱਕ ਵਾਰੀ ਫਿਰ ਦੌੜ ਕਰ ਫਿਰ ਭੱਜੇ ਕਿਉਂ ਜੀ ਖੜ੍ਹ ਜਾਂਦੇ ਉੱਥੇ ਮੈਂ ਬੇਨਤੀ ਕਰਨਾ ਚਾਹੁੰਦਾ ਕਾਂਗਰਸ ਮੋਦੀ ਸਰਕਾਰ ਜੇ ਤੇਰੇ ਦੇ ਵਿੱਚ ਜੁੜਤਾ ਤੇਰੀ ਸਰਕਾਰ ਦੇ ਵਿੱਚ ਜਾਂ ਪੁਲਿਸ ਵਾਲੇ ਨੂੰ ਕਹਿੰਦੇ ਇੱਕ ਪਾਸੇ ਹੋ ਜਾਣ ਸਾਨੂੰ ਆਰ ਪਾਰ ਦੀ ਲੜਾਈ ਲੜ ਲੈਣ ਦੇ ਫਿਰ ਦੇਖਾਂਗੇ ਅਸੀਂ ਨਿਹੰਗ ਸਿੰਘ ਗੱਜਦੇ ਨੇ ਕਿ ਤੇਰੀ ਆਰ ਐਸ ਐਸ ਦੇ ਕੱਛੇ ਵਾਲੇ ਗੱਜਦੇ ਨੇ ਜੇ ਤੁਹਾਨੂੰ ਬੋਰੀਆਂ 'ਚ ਪਾਪਾ ਨਾ ਭੇਜਾ ਤੁਸੀਂ ਨਿਹੰਗ ਸਿੰਘ ਨੇ ਸਾਨੂੰ ਕਿਹੋ ਉਹ ਅਸੀਂ ਸ਼ਾਂਤੀ ਦੇ ਵਿੱਚ ਬੈਠੇ ਹਾਂ ਤੁਸੀਂ ਸਾਨੂੰ ਪ੍ਰੋਟੈਕਟ ਸ਼ਾਂਤੀ ਦੇ ਵਿੱਚ ਵੀ ਕਹਿਣ ਦਿੰਦੇ ਸੁਪਰੀਮ ਕੋਰਟ ਦਾ ਆਰਡਰ ਆ ਅਸੀਂ ਬੈਠ ਕੇ ਕਰ ਸਕਦੇ ਹਾਂ ਜੇ ਅਸੀਂ ਜਾ ਕੇ ਦਿੱਲੀ ਦੇ ਵਿੱਚ ਜਾਂ ਹੋਰ ਕੋਈ 'ਤੇ ਜਾ ਕੇ ਕੋਈ ਗਲਤ ਕੰਮ ਕਰਦੇ ਹਾਂ ਤੁਸੀਂ ਫਿਰ ਜਿਹੜਾ ਕੁਛ ਮਰਜ਼ੀ ਕਰ ਲਿਓ ਅਸੀਂ ਆਪਦੇ ਘਰ ਦੇ ਵਿੱਚ ਆ ਸਾਡਾ ਹੁਣ ਘਰ ਹੀ ਵੱਸ ਚੁੱਕਿਆ 2 ਮਹੀਨਿਆਂ ਤੋਂ ਬੈਠੇ ਹਾਂ ਇੱਥੇ ਆ ਕੇ ਜੇ ਕੋਈ ਆਰ ਐਸ ਐਸ ਦਾ ਜਾਂ ਭਾਜਪਾ ਦਾ ਬੰਦਾ ਫੁਰਤੰਗ ਮਚਾਊਗਾ ਉਹ ਅਸੀਂ ਨਹੀਂ ਸਹਿਣ ਕਰਾਂਗੇ ਅਸੀਂ ਆ ਖਾਲਸਾ ਫੌਜ ਇਹ ਕਿਸਾਨਾਂ ਦੀ ਰਾਖੀ ਵਾਸਤੇ ਮਜ਼ਦੂਰਾਂ ਰਾਖੀ ਵਾਸਤੇ ਤਿਆਰ ਪ੍ਰਤਿਆਰ ਖੜ੍ਹੀ ਆ ਅਸੀਂ ਉਹਨਾਂ ਚਿਰ ਨਹੀਂ ਜਾਂਦੇ ਜਾਂ ਮਸਲੇ ਰੱਦ ਕਰਦੇ ਸਾਡੇ ਚਲੇ ਜਾਵਾਂਗੇ ਨਹੀਂ ਬੈਠੇ ਹਾਂ ਸ਼ਾਂਤੀ ਦੇ ਵਿੱਚ ਸਾਨੂੰ ਸ਼ਾਂਤੀ ਦੇ ਵਿੱਚ ਰਹਿਣ ਦਿਓ ਸਾਨੂੰ ਭੜਕਾਓ ਨਾ ਹਿੰਸਾ ਨਾ ਕੋਈ ਕਰਾਓ ਤੁਹਾਡੀਆਂ ਗੰਦੀਆਂ ਕਰਤੂਤਾਂ ਸਾਰਾ ਜੱਗ ਜਾਣ ਦਾ ਸਾਰੇ ਭਾਰਤ ਦੇ ਵਿੱਚ ਤੁਹਾਡੀਆਂ ਕਰਤੂਤਾਂ ਸਾਹਮਣੇ ਆ ਗਈਆਂ ਲੋਕਾਂ ਦੇ ਗੋਦੀ ਮੀਡੀਆ ਜਿਹੜਾ ਗੋਦੀ ਮੀਡੀਆ ਇੱਕ ਜਿਹੜਾ ਲਾਲ ਕਿਲੇ ਉੱਪਰ ਝੰਡਾ ਜਿਹੜਾ ਲਹਿਰਾ ਉਹਦੀ ਗੱਲ ਬਹੁਤ ਉਛਾਲ ਰਿਹਾ ਉਹਦੇ ਬਾਰੇ ਕੀ ਤੁਹਾਡੇ ਵਿਚਾਰ ਆ ਗੋਦੀ ਮੀਡੀਆ ਸਾਨੂੰ ਪਰ 2 ਦਿਨ ਦੀ ਸਾਨੂੰ ਬਦਨਾਮ ਕਰ ਰਿਹਾ ਵੀ ਲਾਲ ਕਿਲਿਆ ਇਹ ਅੱਤਵਾਦੀ ਨੇ ਇਹ ਅੱਤਵਾਦੀ ਆ ਗਏ ਅਸੀਂ ਅੱਤਵਾਦੀ ਛੋੜੋ ਅਸੀਂ ਇੱਥੇ ਭਾਰਤ ਦੇ ਅਸੀਂ ਵਸਿੰਦੇ ਹਾਂ ਇੱਥੇ ਭਾਰਤ ਦੇ ਵੋਟਰਾਂ ਅਸੀਂ ਭਾਰਤ ਵਾਸੀ ਹਾਂ ਨਾ ਅਸੀਂ ਖਾਲਿਸਤਾਨੀ ਹਾਂ ਨਾ ਅਸੀਂ ਅੱਤਵਾਦੀ ਹਾਂ ਨਾ ਅਸੀਂ ਪਾਕਿਸਤਾਨੀ ਹਾਂ ਅਸੀਂ ਭਾਰਤ ਦੇ ਵਾਸੀ ਹਾਂ ਹੁਣ ਮੋਦੀ ਦੱਸੇ ਵੀ ਸਾਨੂੰ ਕਿੱਥੇ ਰੱਖਣਾ ਚਾਹੁੰਦਾ ਇਹ ਕਿਹੜੇ ਦੇਸ਼ ਭੇਜਣਾ ਚਾਹੁੰਦਾ ਇਹ ਮੋਦੀ ਸਰਕਾਰ ਦੱਸੇ
ਕਿੱਥੇ ਜਾਣਾ ਪਹੁੰਚਾਉਂਦੇ ਹਾਂ ਸਰ ਅਸੀਂ ਇੱਥੇ ਦੇ ਵਾਸੀ ਹਾਂ ਅਸੀਂ ਤਿਰੰਗੇ ਨੂੰ ਸਲੂਟ ਕਰਦੇ ਹਾਂ ਤਿਰੰਗਾ ਸਾਡਾ ਝੰਡਾ ਅਪਮਾਨ ਜੇ ਤਿਰੰਗੇ ਦੀ ਕੋਈ ਉੱਥੇ ਅਪਮਾਨ ਹੋਇਆ ਹੋਵੇ ਉੱਥੇ ਲਾਲ ਕਿਲੇ ਦੇ ਉੱਤੇ ਇਹ ਕਹਿਣ ਵੀ ਤਿਰੰਗੇ ਦਾ ਅਪਮਾਨ ਕਿਸੇ ਨੇ ਤਿਰੰਗੇ ਦਾ ਅਪਮਾਨ ਇਹਨਾਂ ਦੀ ਪੁਲਿਸ ਨੇ ਕੀਤਾ ਜਿਹੜਾ ਟਰੈਕਟਰਾਂ ਦੇ ਉੱਤੇ ਲੱਗਿਆ ਹੋਇਆ ਸੀ ਕਿਸਾਨਾਂ ਦੇ ਹੱਥਾਂ ਦੇ ਵਿੱਚ ਫੜਿਆ ਹੋਇਆ ਸੀ ਉਹ ਡਾਂਗਾ ਮਾਰ ਮਾਰ ਤੁਸੀਂ ਦੇਖ ਸਕਦੇ ਵੀਡੀਓ ਵਾਇਰਲ ਹੋਈਆਂ ਨੇ ਕਿਵੇਂ ਇਹਨਾਂ ਡਾਂਗਾ ਮਾਰ ਮਾਰ ਕੇ ਤਿਰੰਗਾਂ ਦੇ ਪੈਰਾਂ ਦੇ ਵਿੱਚ ਰੋਲਿਆ ਅੱਗਾਂ ਲਾਈਆਂ ਇਹਨਾਂ ਨੇ ਭਾਜਪਾ ਵਾਲਿਆਂ ਨੇ ਉੱਥੇ ਕੋਈ ਨਹੀਂ ਉੱਥੇ ਖਾਲਸੇ ਦਾ ਚਿੰਨ੍ਹ ਉਹ ਤਿਰੰਗਾ ਉਹ ਖਾਲਸੇ ਦੇ ਚਿੰਨ੍ਹ ਕਰਕੇ ਉਹ ਝੂਲ ਰਿਹਾ ਕੋਈ ਗੁਨਾਹ ਨਹੀਂ ਕੀਤਾ ਜੇ ਕਿਤੇ ਉੱਥੇ ਝੰਡਾ ਲਾ ਗਿਆ ਕਿਸੇ ਨੇ ਤਾਂ ਜੇ ਜਬਾਸਤੀ ਹੋ ਕੇ ਲਾ ਤਾ ਜਾਂ ਫਿਰ ਬਲ ਫਿਰ ਰੱਦ ਕਰ ਦਿਓ ਕਾਹਨੂੰ ਜਾਣਾ ਨੌਜਵਾਨ ਹਜੇ ਤਾਂ ਝੰਡਾ ਹੀ ਲੱਗਿਆ ਖਬਰਾਂ ਕੀ ਸੋਹਣਾ ਦੇਸ਼ ਦੇ ਵਿੱਚ ਜੇ ਮੋਦੀ ਸਰਕਾਰ ਦੀਆਂ ਕਰਤੂਤਾਂ ਜੇ ਆਰ ਐਸ ਐਸ ਵਾਲਿਆਂ ਦੀਆਂ ਬੀਜੇਪੀ ਦੀਆਂ ਕਰਤੂਤਾਂ ਇਹੋ ਜਿਹੀਆਂ ਰਹੀਆਂ ਪਤਾ ਨਹੀਂ ਕਿਸ ਮਾਣ ਕੀ ਮਚਣਾ ਇਹ ਹੁਣ ਮੋਦੀ ਸਰਕਾਰ ਦੇਖੇ ਵੀ ਕਰਨਾ ਅਸੀਂ ਸ਼ਾਂਤੀ ਦੇ ਵਿੱਚ ਬੈਠੇ ਹਾਂ ਸਾਨੂੰ ਸ਼ਾਂਤੀ ਦੇ ਵਿੱਚ ਰਹਿ ਕੇ ਸਾਡੇ ਇਹ ਬਿੱਲ ਵਾਪਸ ਕਰ ਦਿਓ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਤੁਹਾਡੇ ਨਾਲ ਕੋਈ ਨਹੀਂ ਤੁਸੀਂ ਨਕਲੀ ਬੰਦੇ ਨੂੰ ਕਿਸਾਨਾਂ ਨੂੰ ਭੇਜ ਭੇਜ ਕੇ ਮਰਵਾਉਣ ਦੇ ਤੁਲੇ ਹੋਏ ਆ ਕਦੇ ਆਰ ਐਸ ਐਸ ਦੀਆਂ ਮਰ ਪਾ ਕੇ ਤੁਹਾਡੇ ਬੰਦੇ ਵਰਦੀਆਂ ਪੁਲਿਸ ਦੀਆਂ ਸਾਡੇ 'ਤੇ ਅਟੈਕ ਕਰਦੇ ਨੇ ਸ਼ਰਮ ਚਾਹੀਦੀ ਆ ਕਿੰਨੀ ਕੁ ਤੂੰ ਲਾਹਣ ਤਾਂ ਲੈਣੀ ਆ ਇਸ ਦੇਸ਼ ਤੋਂ ਬਹੁਤਾ ਚਿਰ ਤੇਰਾ ਰਾਜ ਨਹੀਂ ਚੱਲਣਾ ਜਿੰਨਾ ਤੂੰ ਲੰਬਾ ਕਰੇਗਾ ਉਹਨੇ ਤੁਹਾਡਾ ਪਤਨ ਵੱਲ ਜਾ ਰਹੀ ਆ ਸਰਕਾਰ ਤੁਸੀਂ ਰਹਿਣਾ ਨਹੀਂ ਇੱਥੇ ਹੋਰ ਰਾਜ ਆ ਜਾਣਾ ਕਿਸਾਨਾਂ ਨੇ ਮਜ਼ਦੂਰਾਂ ਨੇ ਰਾਜ ਕਰਨਾ ਇੱਥੇ ਅਤੇ 26 ਜਨਵਰੀ ਤੋਂ ਘਟਨਾ ਤੋਂ ਬਾਅਦ ਦੇ ਵਿੱਚ ਚਲੋ ਜੋ ਵੀ ਹੋਇਆ ਉਹਦੇ ਮੀਡੀਆ ਨੇ ਪੰਜਾਬ ਦੇ ਵਿੱਚ ਬਹੁਤ ਨੈਗੇਟਿਵਿਟੀ ਫੈਲਾ ਦਿੱਤੀ ਅਤੇ ਮੋਰਚੇ ਚੱਕ ਹੋ ਗਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਮੋਦੀ ਮੀਡੀਆ ਜਿਹੜਾ ਗੋਦੀ ਮੀਡੀਆ ਇਹਨਾਂ ਦਾ ਬਿਲਕੁਲ ਇਹ ਝੂਠ ਅਫਵਾਹ ਚਾ ਫੈਲਾ ਰਿਹਾ ਇੱਥੇ ਇਹ ਆਏ ਨੇ ਅਸੀਂ ਮੂੰਹ ਤੋੜਵਾਂ ਆਰ ਐਸ ਐਸ ਦਾ ਬੀਜੇਪੀ ਦਾ ਇੱਥੋਂ ਜਵਾਬ ਦਿੱਤਾ ਤਬੱਲੇ ਨੇ ਇੱਥੋਂ ਭਜਾ ਕੇ ਭਜਾਏ ਨੇ ਇੱਥੋਂ ਮੁੜ ਕੇ ਇੱਧਰ ਮੂੰਹ ਨਹੀਂ ਕਰਨਗੇ ਇੱਥੇ ਹੁਣ ਬਿਲਕੁਲ ਸ਼ਾਂਤੀ ਆ ਸੰਭੂ ਬਾਰਡਰ 'ਤੇ ਸਿੰਘੂ ਬਾਰਡਰ 'ਤੇ ਵੀ ਟਿੱਕਰੀ ਬਾਰਡਰ 'ਤੇ ਵੀ ਗਾਜ਼ੀਪੁਰ ਬਾਰਡਰ 'ਤੇ ਵੀ ਜਿੰਨੇ ਬਾਰਡਰ ਜਿੱਥੇ ਮੋਰਚਾ ਲੱਗਿਆ ਹੋਇਆ ਬਿਲਕੁਲ ਸ਼ਾਂਤੀ ਦੇ ਵਿੱਚ ਨੇ ਅੱਜ ਨੌਜਵਾਨ ਜਿਹੜੇ ਨੇ ਉਹ ਵਹੀਰਾਂ ਕੱਟ ਕੇ ਦੁਬਾਰਾ ਫਿਰ ਇੱਥੋਂ ਤੁਸੀਂ ਦੇਖ ਸਕਦੇ ਹੋ 20 ਕਿਲੋਮੀਟਰ ਤੱਕ ਇੱਥੋਂ ਫਿਰ ਜਾਮ ਲੱਗ ਗਿਆ ਉੱਧਰ ਟਿੱਕਰੀ ਬਾਰਡਰ 'ਤੇ ਵੀ ਅਤੇ ਗਾਜ਼ੀਪੁਰ ਬਾਰਡਰ 'ਤੇ ਵੀ ਲੱਖਾਂ ਬੰਦਾ ਪਹੁੰਚ ਗਿਆ ਟਕੈਤ ਦੇ ਕਹਿਣ 'ਤੇ ਜਿਹੜਾ ਆਗੂ ਟਕੈਤ ਆ ਉਹ ਚੜ੍ਹਦੀ ਕਲਾ ਦਾ ਅਤੇ ਜਡੂਨੀ ਅਤੇ ਸਰਸਾ ਇਹ ਚੜ੍ਹਦੀ ਕਲਾ ਦੇ ਜਿਹੜੇ ਆਗੂ ਨੇ ਇਹਨਾਂ ਦੀਆਂ ਅਪੀਲਾਂ 'ਤੇ ਨਿਹੰਗ ਸਿੰਘਾਂ ਦੀਆਂ ਅਪੀਲਾਂ ਨੇ ਇਹ ਲੋਕ ਦੁਬਾਰੇ ਫਿਰ ਨਵਾਂ ਜੋਸ਼ ਭਰਤਾ ਮੋਰਚਾ ਮੈਂ ਹੁਣ ਲੋਕਾਂ ਨੂੰ ਕਹਿਣਾ ਚਾਹੁੰਦਾ ਪਹਿਲਾਂ ਮੋਰਚਾ ਨਹੀਂ ਸੀ ਪਹਿਲਾਂ ਇੱਥੇ ਅਸੀਂ ਮੇਲਾ ਦੇਖਣ ਆਉਂਦੇ ਸੀ ਲੋਕ ਵੀ ਇੱਥੇ ਬੈਠੇ ਨੇ ਮੋਰਚਾ ਹੁਣ ਲੱਗਿਆ 26 ਤਰੀਕ ਤੋਂ ਬਾਅਦ ਆ ਜਾਓ ਘਰਾਂ ਦੇ ਵਿੱਚੋਂ ਨਿਕਲ ਆਓ ਇਹ ਸਾਡਾ ਮੋਰਚਾ ਨਹੀਂ ਹੈਗਾ ਇਹ ਸਾਡਾ ਕੱਲੇ ਪੰਜਾਬ ਦਾ ਮੋਰਚਾ ਨਹੀਂ ਹਰਿਆਣੇ ਦਾ ਮੋਰਚਾ ਨਹੀਂ ਪੂਰੇ ਭਾਰਤ ਵਰਸ਼ ਦਾ 85% ਲੋਕਾਂ ਦਾ ਆਪਾਂ ਨੇ ਇਹਨਾਂ ਦਾ ਮੂੰਹ ਤੋੜ ਮਾਰ ਦੇ ਜਵਾਬ ਦੇਣਾ ਹੁਣ ਉਹ ਗੱਲ ਹੋ ਗਈ ਇੱਕ ਕਹਾਵਤ ਆ ਸਾਡੇ ਪੰਜਾਬ ਦੀ ਕੁੰਡੀਆਂ ਦੇ ਸਿੰਘ ਫਸ ਗਏ ਨਿੱਤੂ ਬਲੇਮੇ ਖਾਣੇ ਖਾਣੀ ਆ ਜਾਓ ਫਿਰ ਹੁਣ ਮੈਦਾਨ ਦੇ ਵਿੱਚ ਆ ਜਾਓ ਰਣ ਤੱਤੇ ਦੇ ਵਿੱਚ ਹੁਣ ਲੱਗਿਆ ਮੋਰਚਾ ਹੁਣ ਪਤਾ ਲੱਗੂ ਜਿਹੜਾ ਇੱਥੇ ਬਹਿ ਗਿਆ ਉਹ ਚੂਰਮਾ ਜਿਹੜਾ ਭੱਜ ਗਿਆ ਉਹ ਅਸੀਂ ਨਹੀਂ ਉਹਨੂੰ ਸੂਰਮਾ ਮੰਗਣ ਦੇ ਹਟ ਜਾ ਤੂੰ ਆਪਣੇ ਗੰਦਿਆਂ ਕਰਤੂਤਾਂ ਤੋਂ ਬਾਜ਼ ਆ ਜਾ ਕਿੰਨਾ ਨੌਜਵਾਨ ਦੇ ਵਿੱਚ ਇਹਨਾਂ ਦੇ ਵਿੱਚ ਦੋਸ਼ ਆ ਇਹ ਵੀ ਬਹੁਤ ਤੰਗ ਹੋਏ ਪਏ ਅਸੀਂ ਨਹੀਂ ਹੁਣ ਕਰਕੇ ਅਸੀਂ ਸ਼ਾਂਤੀ ਦੇ ਵਿੱਚ ਰਹਿਣਾ ਚਾਹੁੰਦੇ ਸ਼ਾਂਤੀ ਸਾਨੂੰ ਰੱਖ ਲੈਣ ਦਿਓ ਸਾਨੂੰ ਰੱਖ ਲੈਣ ਦਿਓ ਮੋਦੀ ਹਟ ਜਾ ਤੂੰ ਹੁਣ ਵੀ ਤੈਨੂੰ ਕਹਿੰਦੇ ਆ ਕਿ ਵਾਪਸ ਕਰ ਲੋ ਅਸੀਂ ਤੁਹਾਡੇ ਅੱਗੇ ਅਪੀਲਾਂ ਕਰ ਰਹੇ ਹਾਂ ਨਾ ਤੁਸੀਂ ਭਾਰਤ ਨੂੰ ਕਿਸੇ ਖਾਨਾ ਜੰਗੀ ਦੇ ਵਿੱਚ ਭਰਾ ਮਾਰੂ ਜੰਗ ਦੇ ਵਿੱਚ ਪਾਓ ਮੋਦੀ ਨੇ ਬਹੁਤ ਕੁਝ ਕਰਾਤਾ ਦੇਸ਼ ਵਿੱਚ ਤੱਕ ਹੀ ਨਹੀਂ ਕਰਿਆ ਇਹਦੇ ਆ ਭਾਜਪਾ ਦੇ ਬੰਦੇ ਕਿੰਨੇ ਕਰੋੜ ਰੁਪਈਆ ਬੈਂਕਾਂ ਦੇ ਵਿੱਚੋਂ ਲੈ ਘੁਟਾਲਾ ਕਰਕੇ ਵੀ ਭੱਜੇ ਨੇ ਸਾਰੀ ਉਹ ਭਾਜਪਾ ਦੇ ਨਾਲ ਜੁੜੇ ਹੋਏ ਨੇ ਕਿਸਾਨ ਮਾਰਤੇ ਗਰੀਬ ਮਾਰਤੇ ਸਭ ਵਰਗ ਮਾਰਤਾ ਅੱਜ ਇਸ ਮੋਰਚੇ ਦੇ ਨਾਲ ਜਿੱਥੇ ਹਿੰਦੂ ਵੀਰ ਮੁਸਲਿਮ ਇਸ ਸਿੱਖ ਇਸਾਈ ਲੰਗਾਇਤ ਬੋਧੀ ਧਰਮੀ ਉਹ ਸੀ ਐਸ ਟੀ ਬੀ ਸੀ ਜਿਹੜੇ ਆਪਣੇ ਅਮਰੀਕਾ ਧਰਮ ਦੇ ਸਾਰੇ ਆ ਗਏ ਇੱਥੇ ਕੋਈ ਰਿਹਾਈ ਕੋਈ ਨਹੀਂ ਇੱਥੇ ਜੱਜ ਵੀ ਆ ਗਏ ਸਾਬਕਾ ਇੱਥੇ ਵਕੀਲ ਵੀ ਸੁਪਰੀਮ ਕੋਰਟ ਦੇ ਆ ਕੇ ਸਮਰਥਨ ਦੇਣ ਵਾਸਤੇ ਇੱਥੇ ਸਾਰੇ ਵਰਗਾਂ ਦੇ ਲੋਕ ਆ ਕੇ ਇੱਥੇ ਰਹਿ ਕੇ ਖੇੜਾ ਗਿਆ ਇਸ ਦਾ ਪੁਲਿਸ ਨੇ ਵੀ ਮੈਂ ਸੁਣਿਆ ਵੀ ਉਹਨੇ 200 ਪੁਲਿਸ ਮੁਲਾਜ਼ਮਾਂ ਨੇ ਵੀ ਰਜੈਨ ਦਿੱਤਾ ਕਾਹਦੇ ਵਾਸਤੇ ਇਹ ਤੋਂ ਦੁਖੀ ਹੋਏ ਪਏ ਨੇ